चोरां अते लुटेरियां दे हौंसले हुण इन्ने बुलंद हो चुके ने कि आए दिन उन्हां दे वल्लों वड्डियां वारदातां नूं अंजाम दित्ता जा रिहा है। ताज़ा मामला हुण बटाला तों सामणे आया है जिथे कि एक परिवार दे वल्लों घर दे विच धार्मिक प्रोग्राम रखे जाण करके उन्हां ने घर दा सारा समान फैक्टरी दे लोकर दे विच रख्या होया सी, पर चोरां ने फैक्टरी दे लोकर नूं वी नहीं बख्शिया। चोरां ने फैक्टरी नूं निशाना बनाया, 8 लाख दी नकदी अते 1 किलो दे करीब सोने दे नाल घर दे दस्तावेजां दे उत्ते उन्हां ने अपना हाथ साफ कीता है। जिक्रयोग है कि चोर जांदे जांदे सीसीटीवी कैमरियां दी डीवीआर भी अपने नाल लै गए ने। बटाला तो अज दी आवाज़ दे लई इंदर मोहन सोडी दी रिपोर्ट। सुमीत गुप्ता जी, कादी फैक्टरी है, किते नाते फैक्टरी है ते की होया? साडा लोहे दा काम है जी, साडे फादर साहब दे नाम ते शिवदास मां रामनाथ दे नाम दी फैक्टरी है जी। अच्छा जी, हाँ जी, की होया? साडे अज 7:30 बजे मैनूं फोन आया जी मेरे इलाज दा। उन्होंने मैनूं दस्सिया कि इस तरह तुहाडी फैक्टरी दा शटर टुटा है। मैं ते मेरी वाइफ उस वक्त दौड़े गए हैं उत्थे, तो जाके देखिया जी साडी ऑफिस दा जिहड़ा शटर है वो सारा तोड़ भन्न की हुई है। अंदर अं जाके देखिया साडी अलमारियां टुटिया हुई हैं, उन्हां चों साडा समान कैश ते मेरा जद्दी पुश्ती जिहड़ा फादर साहब दा मदर दा मेरी वाइफ दा वो जिहड़ा गहना वगैरह सी मैं रखिया सी आई लॉकर च जमा कराने वास्ते वो सारा लै गए जी। सारा घरेलू समान सी वो जिहड़ा भी जो भी जद्दी वो सारा ही लै गए। मेरा तो सारी उम्र का नुकसान हो गया जी। की लगता कि तुहाडे माइंड च आ रहा की हो सकता है, कौन कर सकता है? इस बारे मैं तो आप बहुत परेशान हाँ जी, मैनू समझ नहीं लग रही। हाँ जी, नुकसान तो 8-9 लाख रुपए के करीब सी। मेरा फादर साहब का मदर का वाइफ का गहना सी, वो मैं अज जद्दी गहना सी जी सारा, वो मैं अज रखना सी बैंक दे विच क्योंकि अज साडे घर माता दी चौंकी सी, ਉਹਦਾ ਫੰਕਸ਼ਨ ਸੀ, ਇਸ ਕਰਕੇ ਮੈਂ ਇੱਕ ਜਗ੍ਹਾ ਸੇਫ ਕਰਕੇ ਰੱਖਣਾ ਸੀ। ਮੈਂ ਰਜੇਸ਼ ਅਗਰਵਾਲ, ਸ਼ਿਵ ਸੈਨਾ ਹਿੰਦੁਸਤਾਨ ਦਾ ਪੰਜਾਬ ਦਾ ਚੇਅਰਮੈਨ ਹਾਂ। ਮੈਂ ਇਹ ਆਪਣੇ ਜੋ ਸਥਿਤੀ ਬਣ ਰਹੀ ਹੈ ਸਾਡੇ ਪੰਜਾਬ ਦੀ, ਜੋ ਸਾਡੇ ਬਟਾਲੇ ਦੀ ਖਾਸ ਕਰਕੇ, ਇਹ ਸਾਡੇ ਵਾਸਤੇ ਬਹੁਤ ਮੰਦਭਾਗੀ ਗੱਲ ਹੈ। ਮੇਨ ਜੀਟੀ ਰੋਡ ਤੋਂ ਉਹਨਾਂ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਬੇਖੌਫ ਢੰਗ ਨਾਲ ਚੋਰੀ ਕੀਤੀ ਗਈ ਹੈ, ਔਰ ਜਿੰਨਾ ਕੁ ਮਤਲਬ ਆਰਾਮ ਨਾਲ ਹੋਇਆ ਇਸ ਵਾਸਤੇ ਕੋਈ ਪੁਲਿਸ ਨਹੀਂ, ਕੋਈ PCR ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇਹ ਸਾਨੂੰ ਲੋਕ ਇਨਫੋਰਮੇਸ਼ਨ ਦੇਣਦੇ ਨੇ ਕਿ ਤੁਹਾਡੇ ਚੋਰੀ ਹੋ ਗਈ ਹੈ, ਜਦਕਿ ਸਾਡੇ ਪੁਲਿਸ ਵੱਲੋਂ ਜਾਂ ਹੋਰ ਕਿਸੇ ਵੱਲੋਂ ਕੋਈ ਗਸ਼ਤ ਵਗੈਰਾ ਦਾ ਕੋਈ ਸਿਸਟਮ ਨਹੀਂ। ਜੇ ਪੁਲਿਸ ਕਹਿ ਰਹੀ ਹੈ ਕਿ PCR ਭੇਜਣੇ, ਤਾਂ PCR ਕਿੱਥੇ ਹੈ? ਇਸ ਗੱਲ ਦੀ ਜਿਹੜੀ ਹੈ ਬਹੁਤ ਹੀ ਇਹੀ ਮਤਲਬ ਕਰਨੇ ਹਾਂ ਕਿ ਸਾਡਾ ਇਹ ਸਾਡੇ ਪਰਿਵਾਰ ਨਾਲ ਇਹ ਸਾਡੇ ਪਰਿਵਾਰ ਨਾਲ ਘਟਨਾ ਹੋਈ ਹੈ, ਅਤੇ ਜੇ ਸਾਡੇ ਪਰਿਵਾਰ ਵੀ ਸੁਰੱਖਿਅਤ ਨਹੀਂ ਤਾਂ ਇਸ ਵਾਸਤੇ ਬਹੁਤ ਹੀ ਮਤਲਬ ਇਹ ਮੰਦਭਾਗੀ ਘਟਨਾ ਗਿਣੀ ਗਈ ਸਾਡੇ ਵਾਸਤੇ, ਅਤੇ ਸਾਡੇ ਪਰਿਵਾਰ ਇਸ ਵੇਲੇ ਬਹੁਤ ਦੁਖੀ ਸਥਿਤੀ 'ਚ ਇਸ ਵੇਲੇ। ਅਤੇ ਆਪਾਂ ਜਿਹੜਾ ਚਾਹੁੰਦੇ ਹਾਂ, ਅਗਰ ਇਸ ਦੇ ਉਪਰਾਲੇ ਦੀ ਕੋਈ ਇਹਦੀ ਕਾਰਵਾਈ ਨਾ ਕੀਤੀ ਗਈ, ਇਸ ਸਾਡੀ ਘਟਨਾ ਦੀ ਕਾਰਵਾਈ ਪੁਲਿਸ ਨੇ ਦੌੜਨਾ ਨਹੀਂ ਕੀਤੀ ਜਾਂ ਇਹਦਾ ਕੋਈ ਟਰੇਸ ਨਹੀਂ ਕੀਤੇ ਬੰਦੇ, ਅਤੇ 10 ਦਿਨਾਂ ਦੇ ਸਾਡੇ ਪੁਲਿਸ ਦਾ ਅਲਟੀਮੇਟਮ ਦਿੰਦੇ ਹਾਂ। ਅਗਰ 10 ਦਿਨ 'ਚ ਪੁਲਿਸ ਨੇ ਨਹੀਂ ਕੀਤੀ ਤਾਂ ਸ਼ਿਵ ਸੈਨਾ ਹਿੰਦੁਸਤਾਨ ਇੱਕ ਵੱਡਾ ਸੰਘਰਸ਼ ਕਰੀਏ ਇਹਦੇ ਬਾਰੇ। ਜੈ ਹਿੰਦ, ਜੈ ਭਾਰਤ। ਜੋ ਅਸੀਂ ਮਹਿਸੂਸ ਕਰਦੇ ਹਾਂ, ਬਟਾਲੇ ਦੇ ਜਿਹੜੇ ਕਾਨੂੰਨ ਦੀ ਸਥਿਤੀ ਉਹ ਬਿਲਕੁਲ ਖਤਮ ਹੋ ਚੁੱਕੀ ਆ। ਪੁਲਿਸ ਪ੍ਰਸ਼ਾਸਨ ਹਰ ਇੱਕ ਜਗ੍ਹਾ 'ਤੇ ਫੇਲ ਆ, ਕਿਉਂਕਿ ਤੁਸੀਂ ਦੇਖੋ GT ਰੋਡ ਦੇ ਉੱਪਰ ਬਿਲਕੁਲ ਮੇਨ ਰੋਡ ਦੇ ਉੱਪਰ ਜੇ ਕਿਸੇ ਦਾ ਸ਼ਟਰ ਟੁੱਟਦਾ ਤਾਂ ਪੁਲਿਸ ਨੂੰ ਆਮ ਉੱਥੇ ਗਸ਼ਤ ਵੀ ਹੋਣ ਦੀ ਜਾਂ PCR ਵਗੈਰਾ ਰਾਤ ਚੱਲਦੀ, ਕੋਈ ਵੀ ਕਿਸੇ ਨੂੰ ਇਹ ਪਤਾ ਨਹੀਂ ਲੱਗਾ। ਇਹ ਸਾਡੇ ਜਿਹੜਾ ਵਾ ਸਾਨੂੰ ਵੀ ਰਜੇਸ਼ ਜੀ ਦਾ ਫੋਨ ਆਇਆ, ਜਿਹੜੇ ਸਾਡੇ ਇੰਡਸਟਰੀ ਸੈੱਲ ਦੇ ਪ੍ਰਧਾਨ ਆ ਉਹਨਾਂ ਨੇ ਸਾਨੂੰ ਬੁਲਾਇਆ ਜੀ, ਅਸੀਂ ਆਸ 'ਚ ਆਏ ਹਾਂ। ਆਪਾਂ ਜਿਹੜਾ ਵੇਖਿਆ ਵਾ ਪੁਲਿਸ ਪ੍ਰਸ਼ਾਸਨ ਸਵੇਰ ਦਾ ਜਿਹੜਾ ਵਾ ਮਤਲਬ ਇਹ ਚੀਜ਼ ਤੋਂ ਕਤਰਾਣ ਡਿਆ ਵੀ ਕੋਈ ਸਾਡੇ ਮਤਲਬ ਰੋਲਾ ਹੀ ਨਾ ਪਏ ਕਿਸੇ ਨੂੰ ਕਵੋ ਨਾ ਜੀ ਐਂ ਜਾ ਜੀ, ਉਹ ਚੀਜ਼ ਤੋਂ ਥੋੜ੍ਹਾ ਜਿਹਾ ਸਾਨੂੰ ਮਹਿਸੂਸ ਹੁੰਦਾ ਵੀ ਜਿਹੜੀ ਹਾਲਾਤ ਆ ਬਹੁਤ ਮਾੜੇ ਆ। ਅਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਅਸੀਂ ਇੱਕ ਗੱਲ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਜੇ ਸਾਡੇ ਪਰਿਵਾਰ ਦੀ ਜੇ ਚੋਰੀ ਨਾ ਟਰੇਸ ਹੋਈ ਤਾਂ ਅਸੀਂ ਜਿਹੜਾ ਵਾ ਸੰਘਰਸ਼ ਕਰਨ ਦੇ ਰਸਤੇ 'ਤੇ ਫਿਰ ਤੁਰਾਂਗੇ। ਮਾਲੀ ਸਾਹਿਬ, ਤੁਸੀਂ ਪਹਿਲਾਂ ਵੀ ਇੱਕ ਆਪਣੇ ਵੱਲੋਂ ਉਪਰਾਲਾ ਕੀਤਾ ਸੀ ਕਿ ਸਾਰੀਆਂ ਜਥੇਬੰਦੀਆਂ ਪਾਰਟੀਆਂ ਉਹ ਸੰਗਠਨ ਇਕੱਠੇ ਹੋ ਕੇ ਇਹਦੇ ਖਿਲਾਫ ਸੰਘਰਸ਼ ਕਰਨ, ਜੋ ਬਟਾਲੇ ਦੇ ਮੌਜੂਦਾ ਹਾਲਾਤ ਆ, ਰੋਜ਼ ਲੁੱਟਾਂ ਖੋਹਾਂ ਵਾਰਦਾਤਾਂ ਹੋ ਰਹੀਆਂ, ਕੀ ਹੁਣ ਤੱਕ ਉੱਥੇ ਵੀ ਤੁਸੀਂ ਕੀ ਕੀਤਾ ਵਾ? ਉਹਦੇ ਵਾਸਤੇ ਵੀ ਅਸੀਂ ਜਿਹੜਾ ਵਾ ਸਾਰੇ ਸੰਗਠਨਾਂ ਨੂੰ ਮਿਲਣ ਡੇ ਹਾਂ, ਉਹਦੇ ਵਾਸਤੇ ਵੀ ਜਿਹੜੀ ਰੂਪਰੇਖਾ ਬਣਾਈ ਜਾ ਰਹੀ ਹੈ, ਬਹੁਤ ਜਲਦ ਜਿਹੜਾ ਵਾ ਅਸੀਂ ਜਿਹੜਾ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਉਹ ਸੰਘਰਸ਼ ਕਰਨ ਜਾ ਰਹੇ ਹਾਂ। ਅਤੇ ਸੁਮਿਤ ਜੀ, ਇਹਨਾਂ ਦੀ ਫੈਕਟਰੀ ਹੈ ਜੀ GT ਰੋਡ ਅੰਮ੍ਰਿਤਸਰ 'ਤੇ, ਅਤੇ ਉੱਥੋਂ ਇਹਨਾਂ ਦਾ ਚੋਰੀ ਹੋਈ ਹੈ ਜੀ, ਕੈਸ਼ ਹੈ ਅਤੇ ਜਵੈਲਰੀ ਹੈ, ਅਤੇ ਉਹੀ ਆ ਕਰਨ ਡੇ ਇਹਦੇ ਵਿੱਚ। ਬੀਬੀਆਰ ਵਗੈਰਾ
हाँ इन्हें तो लगे से कैमरा डी वी आर कैमरा सुटता पुट के डी वी आर ना लगे की लगता सर फर्स्ट इन्वेस्टिगेशन अभी जस्ट इन्फॉर्मेशन आई है हम थोड़ा कर इन्वेस्टिगेट कर।